ਦੇ ਐਵੇਂ ਨੇ ਲੋਕ ਆਉਂਦੇ ਵਲੀ ਰੱਬ ਦੇ ਮਿਲਣ ਦਾ ਸਵਾਬ ਹੁੰਦਾ ਬੂਏ ਵਲੀਆਂ ਦੇ ਐਵੇਂ ਨੇ ਲੋਕ ਆਉਂਦੇ ਵਲੀ ਰੱਬ ਦੇ ਮਿਲਣ ਦਾ ਸਵਾਬ ਹੁੰਦਾ ਜਿਹੜਾ ਉਮਰ ਭਰ ਕੰਮ ਨਾ ਹੋਵੇ ਉਹ ਬੂਏ ਵਲੀਆਂ ਦੇ ਕੰਮ ਚੱਪ ਹੁੰਦਾ ਦਿੱਤਾ ਹੱਥ ਤਕਦੀਰ ਬਦਲਾਉਣ ਬਦਲੇ ਹੱਥ ਵਲੀਆਂ ਦੇ ਮਾਮਲਾ ਸਭ ਹੁੰਦਾ ਸੌ ਹੱਥ ਰਸਾ ਸਿਰੇ ਤੇ ਗਣ ਸਹਿਮ ਤੇ ਵਲੀ ਹੁੰਦਾ ਉਹਦੇ ਲੋ ਜਨਾਬ ਦੋ ਸਾਈਂ ਲੋਕ ਹੁੰਦੇ ਮੁਕਾਮੀ ਫੇਰ ਬਈ ਇੱਕ ਸਾਈਂ ਲੋਕ ਹੁੰਦਾ ਸਲਾਨੀ ਜਿਹੜੇ ਸਾਈਂ ਲੋਕ ਹੁੰਦੇ ਆ ਮੁਕਾਮੀ ਉਹ ਰਾਜੇ ਸਖੀ ਸੁਲਤਾਨ ਦੇ ਕਰੀਬ ਹੁੰਦੇ ਨੇ ਕਿਸ ਵਾਸਤੇ ਬਈ ਬੂਟੀਆਂ ਪੀ ਕੇ ਨਸ਼ੇ ਪੱਤੇ ਕਰਕੇ ਲੰਗਰ ਪਾਣੀ ਕਰਕੇ ਉਹ ਨਾਰੇ ਮਾਰਦੇ ਰਾਜੇ ਸਖੀ ਸੁਲਤਾਨ ਦੇ ਬਿਲਕੁਲ ਬਈ ਕਿਉਂਕਿ ਬੜਾ ਇਮਾਮ ਵਾਲਾ ਸਖੀ ਆ ਬਈ ਹੁੰਦਾ ਸਾਈਂ ਲੋਕ ਸਲਾਨੀ ਦੂਸਰਾ ਮੁਕਾਮੀ ਮੁਕਾਮੀ ਆਣ ਕੇ ਬੂਟੀਆਂ ਲੱਗ ਰਹੇ ਸਾਈਂ ਲੋਕ ਦੇਖੋ ਕੈਸੇ ਮੇਰੀ ਲਾਜ
ਸੋਚੀ ਫਿਰਦੇ ਤੁਸੀਂ ਦੇਖੀ ਗੱਲ ਆ ਵੇ ਦੋਸਤਾ ਯਾਰ ਦੋਸਤਾ ਮੈਂ ਤੇਰੇ ਸੁਬਾ ਦਾ ਨਸ਼ਾ ਪੱਤਾ ਲੱਭਣ ਗਿਆ ਸੀ ਅੱਛਾ ਹੁਣ ਮੈਂ ਤੇਰੇ ਨਸ਼ਾ ਪੱਤਾ ਲੱਭ ਕੇ ਲਿਆ ਤੇਰੇ ਲਿਆਇਆ ਮੈਂ ਬੂਟੀ ਬੂਟੀ ਲਿਆਇਆ ਵੇ ਉਹ ਬੂਟੀ ਰਗੜੋ ਰਗੜਾ ਪਾ ਫੇ ਰਗੜਾ ਪਾਈਏ ਉਹ ਰਗੜ ਕੇ ਪੀਏ ਇੰਨੇ ਹੋਈਏ ਹੋਵੋ ਹੋਵੋ ਇੱਕ ਤਾਂ ਨਾਲ ਦੇਰ ਵੀ ਕਰੀਏ ਚੱਲ ਨਹੀਂ ਹੋਵੋ ਨਹੀਂ ਹੋਵੋ ਫਟਾਫਟ ਨਹੀਂ ਹੋਵੋ ਪੰਜ ਨਾਰੇ ਪੈਂਚਰੀ ਸਵਾ ਲੱਖ ਨਾਰਾ ਹੈਦਰੀ ਉਹ ਮਲੰਗੋ ਆਓ ਜੀ ਬਾਬਾ ਜੀ ਕੌਣ ਆ ਤੁਸੀਂ ਕਿਹਦੇ ਨਾਰੇ ਮਾਰਦੇ ਅਸੀਂ ਦਰਵੇਸ਼ ਨਾਰੇ ਕਿਹਦੇ ਮਾਰਦੇ ਆ ਆਪਣੇ ਸਖੀ ਸੁਲਤਾਨ ਦੇ ਕਿਸ ਵਾਸਤੇ ਸਾਡਾ ਸਖੀ ਸੁਲਤਾਨ ਸਾਨੂੰ ਖਾਣ ਨੂੰ ਦਿੰਦਾ ਸਾਨੂੰ ਪਹਿਨਣ ਨੂੰ ਦਿੰਦਾ ਸਾਨੂੰ ਆਪਣੇ ਘਰ ਰੱਖਿਆ ਤੁਸੀਂ ਤਾਂ ਫਿਰ ਸ਼ਾਮ ਦੀ ਆ ਸਾਈ ਲੋਕ ਤਾਂ ਕੋਈ ਨਹੀਂ ਬਿਲਕੁਲ ਬਿਲਕੁਲ ਜਿਹੜੇ ਖਾਣ ਪੀਣ ਦੇ ਮਾਰੇ ਨਾਰੇ ਮਾਰਦੇ ਸਾਡਾ ਸਖੀ ਸੁਲਤਾਨ ਵੇ ਦੋਸਤਾ ਬੜਾ ਸਖੀ ਆ ਗੱਲ ਸੁਣ ਲਾ ਮਲੰਗਾ ਸਖੀ ਕਾਇਨਾਤ ਤੇ ਇੱਕੋ ਹੋਏ ਆ ਨਾ ਉਹਨਾਂ ਦਾ ਹੋਣਾ ਨਾ ਕੋਈ ਹੈ ਸਖੀ ਇਮਾਮ ਹੁਸੈਨ ਅਜਪਾ ਵੇ ਦੋਸਤਾ ਇਹ ਉਹਨਾਂ ਨੂੰ ਮੰਨਣ ਵਾਲਾ ਵਾ ਹਾਂ ਇਹ ਜਾ ਸਖੀ ਆ ਤੇ ਨਾਲੇ ਇੱਕ ਬਾਤ ਹੋਰ ਵੀ ਆ ਕਿਹੜੀ ਲਓ ਜੀ ਹੁਣ ਤਵੱਜੋ ਬਈ ਸਾਡਾ ਸਖੀ ਸੁਲਤਾਨ ਇਮਾਨ ਦਾ ਬਹੁਤ ਪੱਕਾ ਕਿਸੇ ਦੇ ਇਮਾਨ ਤੇ ਦਾਵਾ ਨਹੀਂ ਕਰੀਦਾ ਅੱਛਾ ਆਪੋ ਆਪਣੀ ਬੰਦਾ ਪੰਡ ਚੱਕ ਲਵੇ ਤਾਂ ਬੜੀ ਗੱਲ ਹੈ ਸਾਨੂੰ ਤਾਂ ਬੜਾ ਦਾਵਾ ਉਹਦੇ ਤੇ ਬੜਾ ਫਖਰ ਉਹਦੇ ਤੇ ਬੜਾ ਪੱਕਾਵਾ ਮਾਨ ਦਾ ਤੇ ਜੇ ਇੰਨਾ ਹੀ ਮਾਨ ਆਪਣੇ ਸਖੀ ਸੁਲਤਾਨ ਦੇ ਇਮਾਨ ਤੇ ਆ ਹਾਂ ਹਾਂ ਬੜਾ ਇਮਾਨ ਵਾਲਾ ਡਰਾਮਾ ਵਾ ਤਵੱਜੋ ਦਾ ਇਹਦੇ ਵਿੱਚ ਰੌਲਾ ਬਹੁਤ ਹੈ ਤਵੱਜੋ ਕਰੋਗੇ ਕੋਈ ਸਮਝ ਆਉਂਗੀ ਸ਼ੁਗਲ ਕੋਈ ਸੁਣਨ ਦੀ ਸੁਣਾਉਣ ਦੀ ਨਹੀਂ ਤਾਂ ਫਿਰ ਇਵੇਂ ਆਖਣਾ ਕਹਿੰਦਾ ਡਰਾਮਾ ਨਹੀਂ ਮੁਕੰਮਲ ਕੀਤਾ ਜੇ ਸ਼ੁਗਲੀ ਤਵੱਜੋ ਦੀ ਗੱਲ ਹੈ ਤੁਹਾਡੀ ਤਵੱਜੋ ਰੱਖੋ ਲੰਗਰ ਵੀ ਕਰੋ ਤਵੱਜੋ ਵੀ ਰੱਖੋ ਸਾਰੇ ਡਰਾਮਾ 'ਚ ਲੰਗਰ ਹੀ ਨਾ ਕਿਸੇ ਦਾ ਇਮਾਨ ਤੇ ਦਾਵਾ ਨਹੀਂ ਕਰੀਦਾ ਅਗਰ ਤੂੰ ਇੰਨਾ ਹੀ ਪੱਕ ਯਕੀਨ ਆ ਤੇਰਾ ਤੇਰੇ ਰਾਜੇ ਤੇ ਸਖੀ ਸੁਲਤਾਨ ਤੇ ਕਿ ਬੜਾ ਇਮਾਨ ਵਾਲਾ ਬੜਾ ਇਮਾਨ ਵਾਲਾ ਤੇ ਜੇ ਉਹਦਾ ਇਮਾਨ ਤੋੜ ਦੇਵਾਂ ਵੇ ਸਾਈਂ ਲੋਕਾ ਬੂਟੀ ਬਾਟੀ ਤੇ ਨਹੀਂ ਪੀਤੀ ਤੂੰ ਕੈਸੀਆਂ ਗੱਲਾਂ ਕਰ ਲੱਗ ਪਿਆ ਸਾਡਾ ਪੁੱਠੀਆਂ ਸਿੱਧੀਆਂ ਨੂੰ ਜੇ ਤੇਰੇ ਸਖੀ ਸੁਲਤਾਨ ਦਾ ਇਮਾਨ ਤੋੜ ਦੇਵਾਂ ਫੇਰ ਬਈ ਜੇ ਤੂੰ ਤੋੜ ਸਕਣਾ ਵਾ ਤੇ ਦੇਖ ਲੈ ਆਪਣਾ ਜ਼ੋਰ ਲਾ ਲਾ ਅਸੀਂ ਆਪਣਾ ਜ਼ੋਰ ਲਾਵਾਂਗੇ ਤੂੰ ਆਪਣਾ ਜ਼ੋਰ ਲਾ ਲਾ ਚਲੋ ਠੀਕ ਹੈ ਲਓ ਜੀ ਡਰਾਮੇ ਦਾ ਪਹਿਲਾ ਸੀਨ ਜਾਦੂ ਦੀ ਹਨੇਰੀ ਚਲਾਉਂਦਾ ਹੁੰਦਾ ਜਾਦੂਗਰ ਵਾ ਰੂਪ ਕਰ ਲੈਂਦਾ ਸਾਈਂ ਲੋਕ ਦਾ ਜਾਦੂਗਰ ਹੁੰਦਾ ਜੀ ਸਾਈਂ ਲੋਕ ਦੇ ਰੂਪ ਦੇ ਵਿੱਚ ਉਹਨਾਂ ਆਸ਼ਕਾਂ ਦੇ ਮਗਰ ਪੈ ਜਾਂਦਾ ਜਰਾ ਦੇਖਣਾ ਕਮਲੀ ਵਾਲੇ ਆਕਾ ਦੇ ਆਸ਼ਿਕ ਹੁੰਦੇ ਆ ਸੋਹਣਾ ਆਪਣੇ ਆਸ਼ਕਾਂ ਦੀ ਕਿਵੇਂ ਲੱਜ ਰੱਖਦਾ ਸਭ ਤੋਂ ਪਹਿਲੇ ਜਾਦੂ ਦੀ ਹਨੇਰੀ ਚਲਾਉਂਦਾ ਲਾ ਸ਼ਹਿਜ਼ਾਦੇ ਦਾ 9 ਲੱਖਾਂ ਬਾਗ ਜਾਦੂ ਦੀ ਹਨੇਰੀ ਦੇ ਨਾਲ ਬਰਬਾਦ ਕਰਦਾ ਕਿਉਂਕਿ ਪਾਣੀ ਵਾਲੇ ਅੱਜ ਨਹੀਂ ਬਈ ਪਾਣੀ ਵਾਲੇ ਮਾਲੀ ਨੂੰ ਮਾਰੂ ਕੁੱਟੂਗਾ ਇਮਾਨ ਤੋਂ ਖਾਰਜ ਹੋ ਜਾਏਗਾ ਲਓ ਜੀ ਹੁਣ ਜਾਦੂ ਦੀ ਹਨੇਰੀ ਚੱਲਣ ਲੱਗੀ ਏ ਹੋ ਮਨ ਹੋ ਮਨ ਹੋ ਮਨ ਹੋ ਮਨ ਹੋ ਦੁਹਾਈ ਹੈ ਬਾਦਸ਼ਾਹ ਸਲਾਮਤ ਦੁਹਾਈ ਹੈ ਕੈਸੀ ਦੁਹਾਈ ਹੈ ਲਾਲ ਸ਼ਹਿਜ਼ਾਦੀ ਦਾ ਬਾਗ 9 ਲੱਖਾਂ ਬਰਬਾਦ ਹੋ ਗਿਆ ਹਜ਼ੂਰ
कैसे बर्बाद हो गया माली दे कोलो कोई कुताई होई है बाग तद बर्बाद हो गया हजूर ओए पागल जी मैं शाह जस्कब तो कुर्बान जामा मिले खाके बदोहा मैं अखियां छुपावा जमन मुल्क मेरा मेरी बादशाही कमली वाले दा मैं आशक मदीने दारा हजारों साइल मेरे दरबार रहते हैं इसीलिए जमाने में मुझे सखी सुल्तान ओए मालिया दी वजह तो बाग बर्बाद नहीं हजूर माली ने देख पल अच्छी ने की बाग तद बर्बाद हो गया नहीं हुई सियाने आखदे ने के तेरी नीयत अंदर पाड़ा पै गया तेरा होना तेनु माड़ा गया ओ कैसे हजूर जदों इंसान अपना होना दसदा है नुकसान खांदा है ओ कैसे माली की करदा कितना काम है माली दा माली दा कम माली दा कम केड़ा पानी देना हाँ माली दा कम पानी देना आते पर मशीका पावे जी मालिक दा कम भले भले ना मालिक दा कम भले क्योंकि दोस्तों जी सब दौर मालिक के हाथ विच है बिल्कुल पर जी एक काम जरूरी है वो काम केड़ा जरूरी है माली दा काम केड़ा राखी करे ना पीर मरी गल से लाख रुपए हजूर असी घर दे फट किन्ने तीन ओही गल हुई वो क्या 2 लाख बचाया 9 लाख दा नुकसान करवाया जी इंज कर क्या खजाने दे विचो 3 लाख रुपया ले जा जेड़ा फजरे साईं लोग तेरे मथे लगे जी उन खरीद कर दे बहुत अच्छे हजूर ठीक है जी ठीक है पीर की आली मदद बाबा जी पीर मौला जी मदद बाबा जी वसन दुआरे बाबा जी दे बाबा जी बड़ी मुकद्दराणी हो तुसी बड़े खुशकिस्मत नजर आ रहे हो ਸਾਡੀ ਖੁਸ਼ਕਿਸਮਤੀ ਤੂੰ ਕੀ ਦੇਖ ਲਈ ਆ ਸਾਡੇ ਮੁਕੱਦਰ ਕੀ ਦੇਖ ਲਏ ਆ ਮੇਰੇ ਬਾਦਸ਼ਾਹ ਸਲਾਮਤ ਨਹੀਂ ਇਹ 3 ਲੱਖ ਰੁਪਈਆ ਤੁਹਾਡੇ ਵਾਸਤੇ ਇਹ ਖਰੀਦ ਕੀਤਾ ਏ ਐ ਲੋ ਬਾਬਾ ਜੀ ਮਾਲਕ ਖੈਰ ਕਰੇ ਉਸ ਬਾਦਸ਼ਾਹ ਦੀ ਜਿਹਨੇ 3 ਲੱਖ ਰੁਪਈਆ ਮੈਨੂੰ ਖਰੀਦ ਕੀਤਾ ਜੀ ਪਰ ਇੱਕ ਮੇਰੀ ਖੁਆਇਸ਼ ਹੈ ਉਹ ਕੀ ਬਾਬਾ ਜੀ ਜਿਸ ਸਖੀ ਨੇ ਜਿਸ ਮਦ ਨੇ ਬਾਦਸ਼ਾਹ ਨੇ ਇਹ 3 ਲੱਖ ਰੁਪਈਆ ਖਰੀਦ ਕੇ ਦਿੱਤਾ ਜੀ ਅਸੀਂ ਉਹਦਾ ਦੀਦਾਰ ਕਰਨਾ ਚਾਹੁੰਦੇ ਬਾਬਾ ਜੀ ਗੱਲ ਸੁਣੋ ਤੁਸੀਂ ਸਦਾ ਕੀਤੀ ਏ ਤੁਹਾਨੂੰ ਖਰੀਦ ਮਿਲ ਗਈ ਏ
जाओ प्रा काम करो ते मौजा लुटो नहीं हो पलिया एदा दे सखी दा दीदार कर लेना चाहिदा है ठीक है बाबा जी इथे जी तवज्जो दी मुर्शिद रंग लावे बादशाह सलामत अदावर जी एक साई लोग ने सजा की थी फिर भी तो आटा 33 लाख रुपया मैं उन्हें खरीद किया जी ओ साई लोग ने उस बाबा जी ने फरमाया कि जिस बादशाह ने किस सखी ने ये 3 लाख रुपया मैंने खरीद किया है मैं ओदा दीदार करना चाहना दरवेश अल्लाह दाखे मेरा दीदार करना जी मैं जरूर जाऊंगा यार ओ जी रहन दियो उतको साई लोगा बूटी शूटी पी के अन्ना होया फिरदा आपे अख थक के चले जाएगा ओ नहीं ओ नहीं इंज नहीं आखीदा एक मेरी गल याद रखी ओ क्या जेना पीरी फकीरी दा पता होवे झंडा एवें बने रे ते गड्डी दा नहीं जी वली अल्लाह नु समझ के गैर अल्लाह कुफर नाल ईमान नु वटी दा नहीं शरा नबी दी ना तमीज दा ए मंदड़ा बोल जुबान तो कड्डी दा नहीं ए दीवानिया हत्ता विच हत दे के ओ भमे जान जावे यार छड्डी मैं जरूर पीर की यार ली मदद पीर मौला ले इस्लाम की मदद जी बाबा जी भलिया 3 लाख रुपया तो खराया दा दिता बड़ा दिल खुश होया एला 8 दिन तो बाद मेरे मुर्शिदा मेला मैं तेरे को फिर आन के ला जूंगा बाबा दी हुई खरीद वापस नहीं लेती जाऊंगी कोई सूरत है कोई सूरत नहीं बड़ा ईमान वाला मां बड़िया तो मां तेरिया मुसलमान अमानत दे विच खयानत नहीं करदा ऐ लै अमानत करके रख ला बाबा मेरे वजीर ने फड़ा नहीं वे नहीं आज ये वजीर आ कल ये दी जगह को होर वजीर रख ले मैं तेन फड़ना तेन फड़ौना तेरे को लेना जी में तेरी मौत साईं लोका जो तेरा दिल करी आके ले लेने हीर पीर की आली मदद बादशाह सलाम जी 3 लाख रुपया साईं लोग को अमानत करके फड़ा था बादशाह सलाम का आराम का दे विच आराम कर दंदे ने ओही साईं लोग ख्वाब जान के एक झगड़ा बनाउंदे आ देखना जरा कैसा झगड़ा बनाउंदे आ सुफनिया तू सुल्तान है उत्तम तेरी जात 100 वर्ष के पिछने आन मना मेरा सखी सुल्तान कौन हो फकीर अल्लाह दे बिस्मिल्लाह बाबा जी फकीर आवे भला ना आवे बड़िया तेरिया तो मां बड़ा मालिक ने नवाजया ते बाबा मालिक दा तस है और कुछ भी नहीं केना दे मनन वाला मैं बाबा मोहम्मद वाले मोहम्मद दे मनन वाला फिर इस तरह कर कमली वाले आका दा सदका जा अपना ईमान दे दे याद आ तक दे बाबा ईमान दा मैं दावा नहीं करदा क्योंकि भरिया ओदा जानी है जेदा तोड़ छड़े ए तख्त मैनू कमली वाले दा सदका मिलिया ए बादशाह ए तख्त मैं कमली वाले दा सदका खरीद कीता ऐ बादशाह जी कमली वाले आका दा सदका खरीद कीती जरूर बाबा मेरी शक्ल दी पहचान कर ला जदों मेरा दिल करे ए बादशाह मैं तेरे को आके ले सकदा जरूर बाबा पीर भी आली मंग पीर मौला अली अलैहिस्सलाम की मदद बाबा जी बाबा जी बाबा जी अदावर जनाब अदा बड़ी हैरानगी की गल है की होया जे तुसी जागदे हो फकीरां दरवेशां की सेवा करदे हो जे सो जांदे हो उन्हां दी ख्वाब होने की गल सी आराम कर रहे सी रानी बिल्कुल मैं आराम कर रहा सी जी ख्वाब दे विच इक फकीर अल्लाह दे आए उन्हां ने दो सवाल मेरे नाल कीते कीड़े या राज तख्त दे या अपना ईमान फिर तुसी की आख्या मैं राज तख्त दे छड्डे बहुत अच्छा कीता जनाब असी की दे सकने आ ए सोने दा दित्ता सोने तो वार दित्ता ख्वाब दी पेशा नहीं लाना क्योंकि मौसम बदलिया है हर चीज अपने फन का मुजारा पेश कर रही है ख्वाब जड़े झूठे होते हैं ना रानी ख्वाब सच्चे होते हैं मैं जनाब तुम वजाहत के नाल दस दी में वे माही चन खोलिया वे बेबी ढोलिया ये सुपने उल्टी का
वजह तो आ रहे हैं? किस वजह तो? हाँ रुत है पहाड़ दी जो सुनी उलादी जनाब ऐ बादशाहियां महल बनारे इन्हां दी कोई जरूरत नहीं नहीं क्योंकि क्यों ना दैर की जरूरत ना दैर की जरूरत ना दैर की जरूरत ना हरम से वास्ता मेरी कौन सी है मंजिल मेरी कौन सी है मंजिल मेरा
तुझ पर ऐ हुस्न यार तुझ पर मेरी जिंदगी बिता ये उम्मीद हुई हासिल हमें आशिकी में अब तक ये उम्मीद हुई हासिल हमें आशिकी में अब तक ये उम्मीद हुई हासिल हमें आशिकी में अब तक ये उम्मीद हुई हासिल मैं जिधर भी देखता हूँ मैं जिधर भी देखता हूँ मेरा यार अपने दिल से ना लावो क्योंकि मौसम बदल रहा है हर चीज अपने फंदा मजारा पेश कर रही है ना रानी परेशानी है बाबा जी तवज्जो खैर हो गए मुर्शिदा मेरा वसे क्योंकि सारी उम्र फरेदियां गुजरी साए में वक्त लिगाया सारी उम्र फरेदियां गुजरी साए में वक्त लगाया बिच मसी रोजे नफल नमाज़ां पढ़ी सानू फेर भी नजर ना आया ते गल बन गई कदों कदों बनी नूरोदीन मुर्शिद ने सानू की किता एक पल बिच यार ते जो
ਜਦੋਂ ਮਿਲ ਗਿਆ ਕੀ ਹੋਇਆ ਕੀ ਆ ਕੀ ਹੋਇਆ ਤੇਰੀ ਪਿਆਰ ਦੀ ਨਿਸਬਤ ਸਜਣਾ ਵੇ ਤੇਰੇ ਪਿਆਰ ਦੀ ਨਿਸਬਤ ਸਜਣਾ ਵੇ ਓ ਸਾਨੂੰ ਨੀਤ ਨਮਾਜ਼ ਜਿਨੇ ਆਪਣਿਆ ਤੇਰੇ ਪਿਆਰ ਦੀ ਨਿਸਬਤ ਸਜਣਾ ਵੇ ਨੀਤ ਨਮਾਜ਼ ਜਿਨੇ ਆਪਣਿਆ ਤੇਰੇ ਪਿਆਰ ਦੀ ਨਿਸਬਤ ਸਜਣਾ ਵੇ ਨੀਤ ਨਮਾਜ਼ ਜਿਨੇ ਆਪਣਿਆ ਓ ਤੇਰੇ ਪਿਆਰ ਦੀ ਨਿਸਬਤ ਜਦੋਂ ਸਰ ਸਜਦਾ ਤੇਰੇ ਕਦਮਾਂ ਚ ਕੀਤਾ ਤੇ ਗੱਲ ਵੱਡਦਾ ਬਾਬਾ ਜੀ ਬੜਾ ਕਾਬਲੇ ਗੌਰ ਬੋਲ ਹੁਣ ਇਸ਼ਕ ਨਮਾਜ਼ ਪਹਿਚਾਨ ਹੋਈ ਮੇਰਾ ਬਸ ਨਹੀਂ ਸੀ ਹੋਇਆ ਕੀ ਹਾ ਇਸ਼ਕ ਬਲੇ ਮਾਂ ਦਿਲ ਬੈਠਾ ਬਾਬਾ ਜੀ ਖਾਸਾਂ ਵਾਸਤੇ ਬੋਲਾ ਜੀ ਅਸਾਂ ਰੱਬ ਲਜਪਾਲ ਤੋਂ ਡਰਦੇ ਹਾਂ ਕਰਦੇ ਹਾਂ ਅਸਾਂ ਰੱਬ ਦਾ ਮਿਲ
बाग दी सैर करो ना थोड़ी तबीयत ठीक हो जाए। सैर करनी बनती है रानी जी। तो जनाब जेड़ा साई लोग 3 लाख रुपया रख के गया सीगा हुण ओही साई लोग आंदा आ जा देखना कैसे आंदा पीर फिर जाए नी मदद पीर मौलाली दी मदद बाबा जी सलाम अल्लाह नबी ने सलाम बाबा जी तुसीं तां कहिंदे साडा 360 चेला आ मस्जिद दी दीवार ना 360 ही है ऐस वक्त तुसीं कल्ले ही आ रहे हो डावा डोल होके ओ भलिया रब किसे ने कल्ले ना करे थोड़े चेले साडे है वा गदा वास्ते गए बाबा जी किथे किथे गए आ बड़ी दूर दूर तक गए किथे किथे गए एक आ 27 च गया वा एक चौक गया वा 26 च ओ दूर बहुत आ दूर बहुत आ एक आ चौक च बैठा ना बाद मान ला बाबा जी जेड़ा तुहाडा चेला बालका चौक बैठो दा की नाम है ओदा नाम सुंदर साईं बाबा कट्टा साईं बाबा कट्टा साईं ओ बाबा कट्टा साईं ओ तैनु तेरे मुर्शिद पाक बुलाउंदे तू किथे है करी जांदा ਮੁਰਸ਼ਿਦ ਪਾਕ ਕਿੱਥੇ ਬੈਠੇ ਨੇ ਆਪਣੇ ਟਿੱਲੇ ਦੇ ਬੈਠੇ ਚੱਲ ਜਾ ਛੇਤੀ ਛੇਤੀ ਚੱਲ ਜਾ ਹੁਣੇ ਚੱਲ ਜਾਂਦੇ ਆ ਜਾ ਬਾਬਾ ਜੀ ਆਦੇਸ਼ ਆਦੇਸ਼ ਚੁੱਕ ਲੋ ਕਿਸੇ ਦਾ ਖੇਸ ਉਹ ਕੀ ਕਰਨਾ ਬਿਛਾ ਦਿਓ ਮੇਰੇ ਹੇਠ ਉਹ ਤੇਰਾ ਭਲਾ ਹੋ ਜੇ ਮੈਨੂੰ ਲਿਆ ਦਿਓ ਬਰਿਆਨੀ ਦੀ ਪਲੇਟ ਪੋਟੀਆਂ ਜੀ ਤੇ ਮੈਂ ਖਾ ਕੇ ਹੋ ਜਾਵਾਂ ਲੰਮ ਲੇਟ ਬੇਟਾ ਹਾਂ ਬੇਟਾ ਬਾਬਾ ਜੀ ਕਹੀਦਾ ਹੁੰਦਾ ਬਾਬਾ ਜੀ ਮੈਂ ਬੜੀ ਦੂਰੋਂ ਤੁਹਾਡੇ ਲਈ ਮਸਵਾਕ ਲੈ ਕੇ ਆਇਆ ਓਏ ਮਸਵਾਕ ਫੇਰ ਕਰਾਂਗੇ ਇਹ ਨਗਰੀ ਬੜੀ ਭਾਗਾਂ ਵਾਲੀ ਆ ਬਾਬਾ ਜੀ ਅਸੀਂ ਆਪਣੀ ਮੰਦਰ ਦੀ ਤਰਫ ਜਾਣਾ ਜਾਂਦੇ ਜਾਂਦੇ ਸਦਾ ਕਰਦੇ ਚੱਲੀਏ ਬਾਬਾ ਜੀ ਇੱਕ ਮੈਂ ਵੀ ਸਦਾ ਕਰਨੀ ਕਰੋ ਫੇਰ ਨਬੀ ਦੇ ਨੂਰ ਦਾ ਤਾਰਾ ਨਬੀ ਦੇ ਨੂਰ ਦਾ ਤਾਰਾ ਅਲੀ ਮੌਲਾ ਨੂਰ
जी नगरी बड़ी भागा वाली आ असि जाना अपनी मंदिर तरफ जाते जाते सदा करते चलिए केड़ी बाबा जी हो फकीर जोगी ਫਕੀਰ ਦੀ ਆਏ ਹੋ ਜੇ ਫਕੀਰ ਅੰਨ ਬਣ ਕੇ ਦਿਖਾ ਲਿਆ।